ईवीएम दीआं मशीनां दी की वाकई हैकिंग हो सकती है, जंतर मंत्र दे उत्ते एक वड्डा डेमोंस्ट्रेशन इस दी करके दिखाई गई। जयराज जी लाइन ते ने, जयराज जी स्वागत करदे आं। बहुत बहुत शुक्रिया मैनूं टाइम देण वास्ते। मशीनां किद्दां राजस्थान दे विच इलेक्शन जीते है, एक मिनिस्टर नूं अपॉइंट कीता सीगा, नॉमिनेट कीता सीगा बीजेपी सरकार नूं, ਉਹ ਬੜੀ ਸ਼ਰਮਿੰਦਗੀ ਦੀ ਗੱਲ ਹੈ ਬੀਜੇਪੀ ਵਾਸਤੇ। ਉਹ ਮਿਨਿਸਟਰ ਵੀ ਹਾਰ ਗਿਆ ਔਰ ਅੱਛੀ ਗਿਣਤੀ ਤੇ ਗਿਣੇ। ਮੈਂ ਤੁਹਾਨੂੰ ਸ਼ੇਅਰ ਕੀਤਾ ਸੀਗਾ 8-7 ਦਿਨ ਪਹਿਲਾਂ ਕਿ ਵੀ ਡੈਫੀਨੇਟਲੀ ਈਵੀਐਮ ਮਸ਼ੀਨਾਂ ਦੇ ਵਿੱਚ ਕੋਈ ਗੜਬੜ ਹੈ। ਹੁਣ ਇੱਥੇ ਤਾਂ ਸਿੰਗਲ ਸੀਟ ਦੀ ਸੀਗੀ, ਉਹਨਾਂ ਨੇ ਕੋਈ ਉਹ ਡਿਵਾਈਸ ਨਹੀਂ ਲਾਈ, ਕਿਉਂਕਿ ਉੱਥੇ ਦੀ ਜਿਹੜੀ ਪਬਲਿਕ ਹੈ ਉਹ ਕਾਂਗਰਸ ਸਪੋਰਟਡ ਹੈ, ਉਹ ਬੀਜੇਪੀ ਸਪੋਰਟਡ ਨਹੀਂ ਹੈ ਰਾਜਸਥਾਨ 'ਚ। ਪਰ ਜਿੱਤਦੀ ਹੈ ਬੀਜੇਪੀ। ਇਹ ਕਿਉਂ ਜਿੱਤਦੀ ਹੈ, ਕਿੱਦਾਂ ਡੈਮੋਸਟ੍ਰੇਸ਼ਨ ਕੀਤੀ ਗਈ ਹੈ ਜੰਤਰ ਮੰਤਰ ਦੇ ਉੱਤੇ, ਔਰ ਉਹ ਹੁਣ ਕਿਹਨੇ ਕਰਵਾਈ ਆ ਮੈਨੂੰ ਨਹੀਂ ਪਤਾ। ਹੋ ਸਕਦਾ ਭਰਤ ਭੂਸ਼ਣ ਉਹਨਾਂ ਦਾ ਹੀ ਹੱਥ ਹੋਵੇ, ਕਿਉਂਕਿ ਉਹਨਾਂ ਨੇ ਡੈਮੋਸਟ੍ਰੇਸ਼ਨ ਦੇਖੀ ਹੈ ਔਰ ਉਹਨਾਂ ਐਗਰੀ ਹੋਇਆ ਕਿ ਡੈਫੀਨੇਟਲੀ ਇਹ ਈਵੀਐਮ ਮਸ਼ੀਨਾਂ 'ਚ ਗੜਬੜ ਹੈ ਤੇ ਕਾਂਗਰਸ ਇਸ ਨੂੰ ਸੀਰੀਅਸ ਨਹੀਂ ਚੱਕ ਰਹੀ ਹੈ ਔਰ ਸਿਰਫ ਸ਼ੋਰ, ਕਿਉਂਕਿ ਉਹਨਾਂ ਨੂੰ ਪਤਾ ਕੁਛ ਹੋਣਾ ਹੀ ਨਹੀਂ ਹੈ, ਕਿੰਨਾ ਸੀਰੀਅਸ ਕਰ ਲਈਏ। ਜਯਰਾਜ ਜੀ ਮੈਂ ਦੇਖੀਆਂ ਉਹ ਜਿਹੜੀ ਪੂਰੀ ਵੀਡੀਓ, ਮੈਂ ਬੜੇ ਸਾਰੇ ਲੋਕਾਂ ਨਾਲ ਸ਼ੇਅਰ ਕੀਤੀ ਹੈ, ਮੈਂ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਲੋਕਾਂ ਨਾਲ ਉਹ ਵੀਡੀਓ ਜਿਹੜੀ ਜੰਤਰ ਮੰਤਰ ਵਾਲੀ ਸ਼ੇਅਰ ਕੀਤੀ ਹੈ, ਜਿਹਦੇ 'ਚ ਉਹ ਦਿਖਾ ਰਹੇ ਹੈ ਕਿ ਉਹਨਾਂ ਨੇ ਬਟਨ ਦੱਬਿਆ ਕੇਲਾ, ਹਾਂਜੀ, ਅਤੇ ਦੱਬ ਗਿਆ ਤਰਬੂਜ, ਅੰਬ, ਮਤਲਬ ਉਹਨਾਂ ਨੇ ਇੱਕ ਸੈਂਪਲ ਵਜੋਂ ਦੱਸਿਆ ਕਿ ਤੁਸੀਂ ਜੇ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਓਗੇ, ਵੋਟ ਕਿਸੇ ਹੋਰ ਪਾਰਟੀ ਨੂੰ ਚਲੀ ਜਾਏਗੀ। ਉਹਨਾਂ ਨੇ ਉਹ ਮਸ਼ੀਨਾਂ ਲੈ ਕੇ ਆਏ ਹੋਏ ਸੀ, ਉਹਨਾਂ ਨੇ ਦੋ ਗੱਲਾਂ ਹੋਰ ਦੱਸੀਆਂ ਕਿ ਜਿਹੜਾ ਇਹ ਜਿਹੜਾ ਟਾਈਮ ਹੈ ਉਹ ਘਟਾਇਆ ਗਿਆ ਹੈ, 25 ਸੈਕਿੰਡ ਹੁੰਦਾ ਸੀ ਸ਼ਾਇਦ ਵੋਟ ਪਾਉਣ ਤੋਂ ਬਾਅਦ ਦਾ ਵਿਚਕਾਰ ਦੋਵਾਂ ਦੇ, ਉਹ 7 ਸੈਕਿੰਡ ਕਰ ਦਿੱਤਾ ਗਿਆ। ਕਿਉਂ ਕੀਤਾ? ਇਹ ਵੀ ਸੁਪਰੀਮ ਕੋਰਟ ਦੀ ਹਦਾਇਤ ਸੀ। ਦੂਜਾ ਉਹਨਾਂ ਦਾ ਜਿਹੜਾ ਵੱਡਾ ਸਵਾਲ ਉਹ ਇਹ ਸੀ ਕਿ ਪਹਿਲਾਂ ਪਾਰਦਰਸ਼ਤਾ ਹੁੰਦੀ ਸੀ, ਟਰਾਂਸਪੇਰੈਂਟ ਸ਼ੀਸ਼ਾ ਲਾਇਆ ਜਾਂਦਾ ਸੀ ਮਸ਼ੀਨ ਦੇ ਬਾਹਰ, ਬੰਦਾ ਦੇਖ ਸਕਦਾ ਸੀ ਉਸਨੇ ਜਿਸ ਨੂੰ ਵੋਟ ਪਾਈ ਹੈ ਇਹ ਉਸ ਸਹੀ ਜਗ੍ਹਾ 'ਤੇ ਵੋਟ ਗਈ ਹੈ ਜਿਹੜੀ ਪਰਚੀ ਬਣ ਕੇ ਨਿਕਲਦੀ ਹੈ, ਉਹ ਵੀ ਹੁਣ ਇਹਨਾਂ ਨੇ ਬਲੈਕ ਕਰ ਦਿੱਤਾ। ਇਹ ਵੀ ਕਿਉਂ ਕੀਤਾ? ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਜੇ ਇਹਨਾਂ ਲੋਕਾਂ ਨੇ ਕੱਲ੍ਹ ਉਹ ਜਿਹੜਾ 6 ਜਨਵਰੀ ਨੂੰ ਪ੍ਰਦਰਸ਼ਨ ਕੀਤਾ ਜੰਤਰ ਮੰਤਰ 'ਤੇ, ਉੱਥੇ ਜਿਹੜਾ ਮੇਨ ਸੀ ਮੀਡੀਆ ਤਾਂ ਖੈਰ ਬਹੁਤਾ ਨਹੀਂ ਸੀ, ਪਰ ਫਿਰ ਵੀ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਮੀਡੀਆ ਵਾਲੇ ਲੋਕ ਉਹਨਾਂ ਨੇ ਲਾਈਵ ਵੀ ਟੈਲੀਕਾਸਟ ਕੀਤਾ, ਉੱਥੋਂ ਲਾਈਵ ਸਾਰਾ ਉਹਦਾ ਦਿਖਾਇਆ, ਔਰ ਹਜ਼ਾਰਾਂ ਲੋਕ ਉੱਥੇ ਖੜ੍ਹੇ ਵੀ ਸੀ ਜਿਹੜੇ ਉਹਨਾਂ ਨੇ ਸਾਰਿਆਂ ਨੇ ਦੇਖਿਆ, ਉਹਨਾਂ ਨੇ ਡਿਮੋਨਸਟ੍ਰੇਟ ਕੀਤਾ। ਮੇਰਾ ਹੁਣ 2 ਸਵਾਲ ਹੈ ਆਪਣੇ ਜਯਰਾਜ ਜੀ। ਪਹਿਲਾ ਸਵਾਲ ਤਾਂ ਇਹ ਹੈ ਕਿ ਜਿਹੜੀਆਂ ਇਹ ਵਿਰੋਧੀ ਧਿਰਾਂ ਹੈ, ਜਿਹੜੀ ਪੋਲੀਟੀਕਲ ਪਾਰਟੀਆਂ ਹੁੰਦੀਆਂ, ਸਾਰਾ ਸਾਲ ਲੱਗੀਆਂ ਰਹਿੰਦੀਆਂ ਕਿ ਵੀ ਵੋਟਾਂ ਲੈਣੀਆਂ, ਵੋਟਾਂ ਲੈਣੀਆਂ, ਵੋਟਾਂ ਲੈਣੀਆਂ। ਐਂਡ ਆਫ ਦਾ ਡੇ ਉਹਨਾਂ ਦਾ ਮਕਸਦ ਇੱਕੋ ਹੁੰਦਾ ਕਿ ਅਸੀਂ ਵੋਟਾਂ ਲੈਣੀਆਂ, ਭਾਸ਼ਣ ਜਿੰਨੇ ਮਰਜ਼ੀ ਕਰੀ ਜਾਣ, ਜੋ ਮਰਜ਼ੀ ਵਾਅਦੇ ਕਰੀ ਜਾਣ, ਵੋਟਾਂ ਲੈਣੀਆਂ। ਅਤੇ ਜਦੋਂ ਵੋਟਾਂ ਉਹਨਾਂ ਨੂੰ ਮਿਲਣੀਆਂ ਹੀ ਨਹੀਂ ਜਿਹੜੇ ਸਿਸਟਮ ਨਾਲ ਵੋਟਾਂ ਪੈ ਰਹੀਆਂ, ਜਦੋਂ ਸਿਸਟਮ 'ਚ ਹੀ ਇੰਨੀਆਂ ਖਾਮੀਆਂ ਅਗਰ ਹਨ, ਤਾਂ ਉਹ ਕਿਉਂ ਨਹੀਂ ਇਹਨੂੰ ਓਨਾ ਸੀਰੀਅਸਲੀ ਉਠਾਉਂਦੇ ਪਏ ਜਿੰਨਾ ਸੀਰੀਅਸਲੀ ਪ੍ਰਸ਼ਾਂਤ ਭੂਸ਼ਣ ਜਾਂ ਭਾਨੂ ਪ੍ਰਤਾਪ ਸਿੰਘ ਜਿਹੜਾ ਇਸ ਸੁਪਰੀਮ ਕੋਰਟ ਦਾ ਵਕੀਲ ਹੈ ਜਾਂ ਕੁਛ ਹੋਰ ਲੋਕ ਅੱਗੇ ਆ ਕੇ ਪੂਰੇ ਮੁਲਕ 'ਚ ਪ੍ਰਦਰਸ਼ਨ ਕਰ ਰਹੇ ਨੇ? ਇਹ ਤਾਂ ਕੰਮ ਪੋਲੀਟੀਕਲ ਪਾਰਟੀਆਂ ਦਾ ਹੋਣਾ ਚਾਹੀਦਾ। ਔਰ ਮੈਂ ਖਬਰ ਪੜ੍ਹੀ ਸੀ ਕਿ 2017 'ਚ ਇਹਨਾਂ ਨੂੰ ਸੱਦਿਆ ਵੀ ਗਿਆ ਸੀ ਪੋਲੀਟੀਕਲ ਪਾਰਟੀਆਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਆਓ ਅਤੇ ਪਰੂਵ ਕਰੋ ਕਿ ਮਸ਼ੀਨਾਂ ਹੈਕ ਹੋ ਸਕਦੀਆਂ। ਉਦੋਂ ਇਹਨਾਂ ਨੇ ਕੁਛ ਨਹੀਂ ਕੀਤਾ, ਹੁਣ ਵੀ ਚੁੱਪ ਬੈਠੀਆਂ। ਕਿੰਨੀ ਵੋਟ ਟੋਟਲ ਕਾਸਟ ਹੋਈ ਹੈ ਔਰ ਕਿੰਨੀ ਗਿਣਤੀ ਕਿਹੜੀ ਆ ਬੀਜੇਪੀ ਨੂੰ ਜਾ ਰਹੀ ਹੈ, ਕਿਸ ਪੱਖੇ ਦੇ ਬੀਜੇਪੀ ਨੂੰ 1/3 ਵੋਟ ਨਹੀਂ ਜਾਂਦੀ ਹੈ, ਔਰ ਉਹ ਮਸ਼ੀਨ ਆਟੋਮੈਟਿਕਲੀ ਬੀਜੇਪੀ ਦੇ ਸਾਈਡ ਦੇ ਉੱਤੇ ਕਾਊਂਟ ਕਰਨੀ ਸ਼ੁਰੂ ਕਰ ਜਾਂਦੀ। ਇਹਦਾ ਸੋਲੂਸ਼ਨ ਇਹੀ ਆ, ਪਰਚੀ ਠੀਕ ਨਿਕਲਦੀ ਆ, ਪਰਚੀ ਤੁਸੀਂ ਨਿਕਲਦੀ ਆ ਉਹ ਉਸਨੂੰ ਗਿਣਿਆ ਜਾਵੇ ਔਰ ਉਸਨੂੰ ਉਹਦਾ ਰੈਕਰਡ ਰੱਖਿਆ ਜਾਵੇ, ਕਿਉਂਕਿ ਪਰਚੀਆਂ ਤੋਂ ਨਾ ਇਹ ਵੀ ਮੈਂ ਗੱਲ ਸ਼ੇਅਰ ਕੀਤੀ ਸੀ ਕਿ 5% ਹੀ ਪਰਚੀਆਂ ਗਿਣਦੇ ਆ। ਔਰ ਦੂਸਰੀ ਚੀਜ਼ ਕਿਹੜੀ ਆ, ਸਭ ਤੋਂ ਵੱਡੀ ਗੱਲ ਹੈ, ਇਹ ਇਸ਼ੂ ਨਿਕਲ ਕੇ ਬਾਹਰ ਆਇਆ
ਉਹ ਕਮਾਂਡੋ ਉੱਥੇ ਕਿਹੜੇ ਹੁੰਦੇ ਨੇ ਸੁਪਰਵਾਈਜ਼ ਕਰਦੇ ਆ, ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਅਸੀਂ ਸਰਟੀਫਾਈ ਕਰਨ ਲਈ ਤਿਆਰ ਹਾਂ। ਕਿਸ ਵਕਤ ਬੀਜੇਪੀ ਦਾ ਨੰਬਰ ਉੱਪਰ ਚੱਲ ਜਾਂਦਾ ਤੇ ਉਹਲੇ ਗਿਣਤੀ ਬੰਦ ਹੋ ਜਾਂਦੀ ਆ ਕਿ ਨੌ ਜੀ ਇਹ ਜਿੱਤ ਗਿਆ। ਉਹ ਪੂਰੀ ਗਿਣਤੀ ਕਿਹੜੀ ਰੈਕਰਡ ਦੇ ਵਿੱਚ ਨਹੀਂ ਆਉਂਦੀ ਆ, ਇਹ ਵੀ ਬੜੀ ਵੱਡੀ ਪ੍ਰੋਬਲਮ ਆ। ਹੁਣ ਪ੍ਰੋਬਲਮ ਤਾਂ ਕਈ ਚੀਜ਼ਾਂ ਦੇ ਵਿੱਚ ਹੈ, ਹੁਣ ਕੀ ਡਿਸਕਸ ਕਰੀਏ ਅਸੀਂ, ਤੁਸੀਂ ਉੱਥੇ ਬੈਠ ਕੇ ਅਗਰ ਗੱਲ ਕਰੀਏ ਭਾਈ, ਆ ਦੂਜੇ ਦਿਨ ਸਾਡੇ CBI ਆਏਗੀ ਜਾਂ ED ਨੇ ਤਾਂ ਕੀ ਆਉਣਾ, ਕਿਹੜਾ ਅਸੀਂ ਕਿਹੜਾ ਉੱਥੇ ਬਿਜ਼ਨਸ ਕਰਦੇ ਹਾਂ। CBI ਤੇ ਆਸ ਹੈ ਕਿ ਭਾਈ ਤੁਹਾਡੇ ਕੋਲ ਕੀ ਪਰੂਫ ਹੈ, ਪਰ ਜੋ ਇਹ ਪਰੂਫ ਨਿਕਲ ਕੇ ਇਹੀ ਆ ਰਿਹਾ ਆ ਕਿ ਗੜਬੜ ਹੈ, ਗੜਬੜ ਹੈ, ਗੜਬੜ ਹੈ, ਉਹਦਾ ਇਹੀ ਸੋਲੂਸ਼ਨ ਆ ਪਰਚੀਆਂ ਨੂੰ ਰੱਖਿਆ ਜਾਏ, ਪੂਰੀਆਂ ਪਰਚੀਆਂ ਕਿਹੜੀਆਂ ਔਰ ਮਸ਼ੀਨ ਦੇ ਨਾਲ ਟੈਲੀ ਕੀਤੀ ਜਾਵੇ, ਕਿੰਨੀਆਂ ਵੋਟਾਂ ਕਿੰਨੀ ਪਾਰਟੀ ਨੂੰ ਪਈਆਂ, ਫੋਰਗੈਟ ਬਾਅਦ ਕਿਹੜੀ ਡਿਵਾਈਸ ਲੱਗੀ ਹੈ ਕਿ ਨਹੀਂ, ਉਹਨੂੰ ਕੌਣ ਜੀ। ਮੇਰਾ ਇਹਦੇ ਨਾਲ ਜੁੜਿਆ ਜੀ, ਮੇਰਾ ਇਹਦੇ ਨਾਲ ਜੁੜਿਆ ਸਵਾਲ ਜਾ ਰਿਹਾ ਜੀ ਇਹ ਹੈ ਕਿ ਇਹ ਜਿਹੜੇ ਲੋਕਾਂ ਨੇ ਜਿਹੜਾ ਵੀ ਇਹ ਏਡਾ ਵੱਡੀ ਡਿਮੋਨਸਟ੍ਰੇਸ਼ਨ ਕੀਤੀ, ਠੀਕ ਆ ਉਸਨੂੰ ਮੇਨ ਸਟ੍ਰੀਮ ਮੀਡੀਆ ਨੇ ਬੇਸ਼ੱਕ ਉੱਥੋਂ ਦੇ ਕਵਰੇਜ ਨਹੀਂ ਕੀਤੀ, ਪਰ ਮੈਂ ਦੇਖ ਰਿਹਾ ਮਿਲੀਅਨਸ ਐਂਡ ਮਿਲੀਅਨਸ ਲੋਕਾਂ ਤੱਕ ਉਹ ਵੀਡੀਓ ਜਾ ਰਹੀ ਹੈ, ਲੋਕ ਦੇਖ ਰਹੇ ਨੇ ਉਹਨਾਂ ਵੀਡੀਓਜ਼ ਨੂੰ, ਸੋਸ਼ਲ ਮੀਡੀਆ ਦਾ ਜ਼ਮਾਨਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਤੋ ਇੱਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਭਾਰਤ ਦੀ ਡੈਮੋਕ੍ਰੈਟਿਕ ਸਿਸਟਮ ਉੱਤੇ, ਵੋਟਿੰਗ ਪ੍ਰਣਾਲੀ ਉੱਤੇ, ਕਿ ਇਹ ਸਹੀ ਹੈ ਜਾਂ ਗਲਤ ਹੈ, ਅਤੇ ਜੇ ਇਹ ਲੋਕ ਗਲਤ ਅਫਵਾਹਾਂ ਫੈਲਾ ਰਹੇ ਨੇ ਤਾਂ ਫਿਰ ਮੇਰਾ ਸਵਾਲ ਇਹ ਹੈ ਕਿ ਭਾਰਤ ਦਾ ਇਲੈਕਸ਼ਨ ਕਮਿਸ਼ਨ ਅਤੇ ਈਵਨ ਸਰਕਾਰ ਇਮੀਡੀਏਟਲੀ ਇਹਨਾਂ ਲੋਕਾਂ ਦੇ ਖਿਲਾਫ ਕੇਸ ਦਰਜ ਫਿਰ ਕਿਉਂ ਨਹੀਂ ਕਰਦੇ ਕਿ ਤੁਸੀਂ ਵੀ ਗਲਤ ਜਿਹੜੀ ਹੈ ਅਫਵਾਹਾਂ ਫੈਲਾ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਇਹ ਕੋਈ ਐਕਸ਼ਨ ਵੀ ਨਹੀਂ ਲੈ ਰਹੇ, ਚੁੱਪ ਬੈਠੇ ਹੈ। ਹਾਂ ਪਰ ਉਹ ਗੱਲ ਠੀਕ ਹੈ, ਤੇ ਬੀਜੇਪੀ ਕਿਉਂ ਸ਼ੋਰ ਪਾਏਗੀ, ਬੀਜੇਪੀ ਕਿਉਂ ਸਟੇਟਮੈਂਟ ਦੇਗੀ, ਉਹਨਾਂ ਨੇ ਤਾਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨੀ ਹੈ, ਨਹੀਂ ਉਹ ਨਹੀਂ ਕਰੇਗੀ। ਪ੍ਰੋਬਲਮ ਤਾਂ ਇੱਥੇ ਖੜੀ ਹੋ ਗਈ ਸੀ ਸੈਣੀ ਸਾਹਿਬ, ਕਿਲੇ ਮਸ਼ੀਨਾਂ ਬਣੀਆਂ ਸੀ ਨਾ, ਇਹਨਾਂ ਨੇ ਹੋਰ ਆਰਡਰ ਕੀਤੀਆਂ ਆ ਕਿਲੇ 14 ਦੇ ਵਿੱਚ 518,000 ਦੇ ਲਗਭਗ ਮਸ਼ੀਨਾਂ ਬਣੀਆਂ ਸੀ, ਕਿਸਲੇ ਉਹਦੀ ਡਿਲੀਵਰੀ ਹੋਈ ਆ ਉਹ ਕੋਈ 415,000 ਦੇ ਲਗਭਗ ਮਸ਼ੀਨਾਂ ਇਲੈਕਸ਼ਨ ਕਮਿਸ਼ਨ ਨੂੰ ਰਿਸੀਵ ਹੋਈਆਂ। ਪੇਪਰਾਂ ਦੇ ਵਿੱਚ ਕਿਹੜੀ ਡਿਸਪੈਚਿੰਗ ਹੈ ਉਹ 518,000 ਹੈ, ਕਿਹੜੀ ਰਿਸੀਵਿੰਗ ਹੈ ਉਹ 415,000, ਹੁਣ 1,00,000 ਕਿੰਨੀਆਂ ਮਸ਼ੀਨਾਂ ਉਹ ਗਈਆਂ ਤੇ ਗਈਆਂ ਕਿੱਥੇ, ਇਹ ਕਾਫੀ ਵੱਡਾ ਓਬਜੈਕਸ਼ਨ ਹੋਇਆ ਸੀਗਾ ਔਰ ਬੀਜੇਪੀ ਇਹਦੇ ਤੇ ਚੁੱਪ ਹੈ। ਔਰ ਫਿਰ ਕਿਹੜੀ ਉਹ ਕੰਪਨੀ ਹੈ, ਕਿਹੜੇ ਮਸ਼ੀਨਾਂ ਬਣਾਈਆਂ ਇਹ ਉੱਥੇ ਬੈਂਗਲੁਰੂ ਚ, ਤੇ ਉਹ ਚੁੱਪ ਕਰ ਗਏ, ਉਹਨਾਂ ਨੂੰ ਕੀ ਪੁੱਛਣ ਵਾਲਾ ਕੋਈ ਨਹੀਂ ਹੈ। ਚਲੋ ਜੀ, ਮਿਹਰਬਾਨੀ, ਥੈਂਕ ਯੂ ਸੋ ਮਚ। ਸਵਾਲ ਫਿਰ ਘੁੜ ਮੁੜ ਕੇ ਉੱਥੇ ਆਉਂਦਾ ਹੈ ਕਿ ਇਹ ਪੋਲੀਟੀਕਲ ਪਾਰਟੀਆਂ ਚੁੱਪ ਕਿਉਂ ਬੈਠੀਆਂ ਇਸ ਮੁੱਦੇ ਉੱਤੇ, ਮੂੰਹ ਨਹੀਂ ਖੋਲ ਰਹੀਆਂ, ਕਿ ਇਹਨਾਂ ਨੂੰ ਪਤਾ ਨਹੀਂ ਕਾਂਗਰਸ ਹੈ ਜਾਂ ਬਾਕੀ ਸਾਰੀਆਂ ਐਡੀਆਂ ਵੱਡੀਆਂ ਵੱਡੀਆਂ ਪਾਰਟੀਆਂ ਹੈ, ਇੰਨੇ ਵੀ ਇਹ ਮੂਰਖ ਨਹੀਂ ਹੈਗੇ ਕਿ ਇਹਨਾਂ ਨੂੰ ਸਮਝ ਨਾ ਆਵੇ। ਇਹ ਅਸੀਂ ਸ਼ੇਅਰ ਕਰ ਚੁੱਕੇ ਹਾਂ, ਮੈਂ ਤੁਹਾਨੂੰ ਇਹ ਵੀ ਕਹਿਣਾ ਬਾਰ ਬਾਰ ਇਹ ਕਹਿਣਾ, ਕਿਹੜੇ ਹਿੰਦੀ ਸਪੀਕਿੰਗ ਸੂਬੇ ਹੈ ਨਾ 7-8, ਉੱਥੇ ਹੀ ਗੜਬੜ ਕਰਦੀ ਆ, ਬਾਕੀਆਂ ਸੂਬਿਆਂ ਚ ਨਹੀਂ ਹੈ ਗੜਬੜ। ਉਹ ਇਸ ਕਰਕੇ ਆ ਕਿ ਬੀਜੇਪੀ ਸਾਰੇ ਸੂਬਿਆਂ ਚ ਇਹ ਚੀਜ਼ ਨਹੀਂ ਕਰਵਾ ਸਕਦੀ, ਫਿਰ ਤੁਹਾਨੂੰ ਪਤਾ ਕਾਫੀ ਰੋਇਟ ਸ਼ੁਰੂ ਹੋ ਜਾਣਗੇ, ਪਰਟੀਕੁਲਰਲੀ ਕਿਹੜੇ ਸਾਊਥ ਇੰਡੀਅਨ ਹੈ, ਔਰ ਉਹ ਤਾਂ ਬੜੇ ਅਗਰੈਸਿਵ ਆ ਕਿਉਂਕਿ ਐਜੂਕੇਟਡ ਵੀ ਉਹ ਜ਼ਿਆਦਾ ਨੇ, ਉਹ ਜਾਣਦੇ ਆ, ਉਹਨਾਂ ਨੇ ਤਾਂ ਮਸ਼ੀਨਾਂ ਸਾਰੀਆਂ ਕਬਜ਼ੇ 'ਚ ਲੈ ਕੇ ਆਪਣੇ ਸ਼ੁਰੂ ਕਰ ਲੈਣੀਆਂ ਉਹਨਾਂ ਨੇ, ਕਿਉਂਕਿ ਮਸ਼ੀਨਾਂ ਤਾਂ ਉੱਥੇ ਹੀ ਪਈਆਂ ਨਾ ਸੂਬੇ 'ਚ, ਉਹਨਾਂ ਦੇ SDM ਆਫਿਸ ਕੰਟਰੋਲਰ ਦੇ ਆਫਿਸ 'ਚ ਹੀ ਹੈ ਨਾ, ਉੱਥੇ ਕਰ ਲੈਣੇ। ਪਰ ਹਿੰਦੀ ਸਪੀਕਿੰਗ 'ਚ ਕਿਸ ਤਰ੍ਹਾਂ ਕਰੂੰਗੇ ਤੁਸੀਂ? ਮੈਂ ਤੁਹਾਨੂੰ ਇਹ ਵੀ ਗੱਲ ਸ਼ੇਅਰ ਕੀਤੀ ਸੀ, ਕਿਹੜਾ SDM ਹੈ, ਕੰਟਰੋਲਰ ਆ, 2 ਕਰੋੜ ਰੁਪਇਆ ਮਹੀਨੇ ਦਾ ਕਮਾਉਂਦਾ ਹੈ, ਇਹ ਸਹੀ ਗੱਲ ਹੈ, ਮੈਂ ਆਪਣੇ ਕੋਲੋਂ ਨਹੀਂ ਲਗਾ ਰਿਹਾ। ਉਹਨਾਂ ਨੇ ਕਿਉਂ ਇਹ ਬਾਹਰ ਆਣ ਕੇ ਸਟੇਟਮੈਂਟ ਦੇਣੀ ਹੈ? ਉਹਨਾਂ ਨੂੰ ਕਿਹਾ ਹੈ ਕਿ ਭਾਈ ਤੁਹਾਡੀ 2 ਸਾਲ ਦੀ ਸਰਵਿਸ ਆ, ਆਪਣਾ ਪੈਸਾ ਬਣਾਓ ਤੇ ਜਾਓ। ਠੀਕ ਹੈ ਜੀ, ਬੜੀ ਮਿਹਰਬਾਨੀ ਹੈਗੀ ਹੈ। ਤੇ ਕਿਹੜੀਆਂ ਅਪੋਜੀਸ਼ਨ ਪਾਰਟੀਆਂ ਉਹ ਕੁਛ ਕਰ ਹੀ ਨਹੀਂ ਸਕਦੀਆਂ, ਕਿਉਂਕਿ ਕਿੱਥੇ ਵੀ ਜਾਣਗੇ ਉਹਨਾਂ ਨੂੰ ਇਨਸਾਫ਼ ਮਿਲਣਾ ਹੀ ਨਹੀਂ ਹੈ। ਚਲੋ, ਥੈਂਕ ਯੂ। ਹੋਰ ਕੁਛ ਨਹੀਂ ਹੋ ਸਕਦਾ ਕਿ ਕਿਹੜੀਆਂ ਨੌਨ BJP ਸਟੇਟਾਂ ਹੈਗੀਆਂ ਉੱਥੇ ਪਾਵਰਫੁਲ ਰਵੇ ਆਪੋਜੀਸ਼ਨ, ਤੇ ਪਲੱਸ ਕਿੰਨੀਆਂ ਤੋਂ ਜ਼ਿਆਦਾ ਜ਼ਿਆਦਾ ਸੀਟਾਂ ਹਿੰਦੀ ਸਪੀਕਿੰਗ ਏਰੀਆ 'ਚ ਲੈ ਕੇ ਜਾਣ, ਤੇ ਫਿਰ ਕੁਛ ਤਬਦੀਲੀ ਆ ਸਕਦੀ ਹੈ, ਔਰ ਕੁਛ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਉੱਥੇ ਈਵਨ BJP ਨੂੰ ਸੂ ਕਰਨਾ ਚਾਹੀਦਾ ਆਪੋਜੀਸ਼ਨ ਵਾਲਿਆਂ ਨੂੰ, ਭਾਈ ਇਹਨਾਂ ਦੇ ਕੇਸ ਪਾਈ ਜਾਣ, FRI ਦਰਜ ਕਰਵਾਉਣ, ਸੁਪਰੀਮ ਕੋਰਟ 'ਚ ਪਟੀਸ਼ਨ ਫਾਈਲ ਕਰਨ, ਕੁਛ ਨਾ ਕੁਛ ਤਾਂ ਅਸਰ ਉਹਨਾਂ ਦਾ ਹੋਏਗਾ ਹੀ, ਜ਼ਿਆਦਾ ਨਹੀਂ ਹੋਏਗਾ। ਥੈਂਕ ਯੂ ਸਰ, ਥੈਂਕ ਯੂ ਸੋ ਮਚ।
ਧੰਨਵਾਦ ਤੁਹਾਡਾ। ਔਰ ਪਰ ਸਵਾਲ ਇਹ ਵੀ ਫਿਰ ਪੈਦਾ ਹੁੰਦਾ ਹੈ ਕਿ ਰਾਜਸਥਾਨ ਦੇ ਵਿੱਚ ਤਾਂ ਅਸ਼ੋਕ ਗਹਿਲੋਟ ਦੀ ਕਾਂਗਰਸ ਦੀ ਸਰਕਾਰ ਸੀ, ਉਹ ਚੁਕੰਨੇ ਕਿਉਂ ਨਹੀਂ ਸਨ ਇਲੈਕਸ਼ਨ ਦੇ ਵਿੱਚ? ਇਲੈਕਸ਼ਨ ਦੇ ਜਿਹੜੇ ਸਰਵੇ ਆ ਰਹੇ ਸੀ ਉਹ ਦੱਸ ਰਹੇ ਸੀ ਅਸ਼ੋਕ ਗਹਿਲੋਟ ਜਿਹੜਾ ਉਹ ਚੋਣ ਜਿੱਤ ਸਕਦਾ ਹੈ, ਸਰਕਾਰ ਮੁੜ ਤੋਂ ਕਾਂਗਰਸ ਦੀ ਬਣ ਸਕਦੀ ਹੈ, ਪਰ ਹੋਇਆ ਬਿਲਕੁਲ ਉਲਟ। ਔਰ ਇਸੇ ਤਰ੍ਹਾਂ ਛੱਤੀਸਗੜ੍ਹ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਔਰ ਕਿਹਾ ਜਾ ਰਿਹਾ ਸੀਗਾ ਕਿ ਕਾਂਗਰਸ ਦੀ ਸਰਕਾਰ ਉੱਥੇ ਸ਼ਰਤੀਆ ਹੀ ਬਣੇਗੀ, ਉੱਥੇ ਵੀ ਬਿਲਕੁਲ ਉਲਟ ਹੋਇਆ ਹੈ, ਉੱਥੇ ਫਿਰ ਬੀਜੇਪੀ ਜਿੱਤ ਗਈ ਹੈ। ਮੱਧਿਆ ਪ੍ਰਦੇਸ਼ ਦੇ ਵਿੱਚ ਤਾਂ ਜਦੋਂ ਮੰਨਿਆ ਕਿ ਬੀਜੇਪੀ ਦੀ ਆਪਣੀ ਹੀ ਸਰਕਾਰ ਸੀ ਔਰ ਜਿੰਨੀਆਂ ਸੀਟਾਂ ਬੀਜੇਪੀ ਨੂੰ ਦਿੱਤੀਆਂ ਜਾ ਰਹੀਆਂ ਸੀ ਵੱਖ ਵੱਖ ਜਿੰਨੇ ਵੀ ਸਾਰੇ ਚੋਣ ਸਰਵੇ ਹੋਏ, ਐਗਜ਼ਿਟ ਪੋਲ ਹੋਏ, ਸਭ ਤੋਂ ਉਲਟ ਕਿਤੇ ਜ਼ਿਆਦਾ ਸੀਟਾਂ ਬੀਜੇਪੀ ਲੈ ਕੇ ਗਈ ਹੈ, 150 ਤੋਂ ਵੱਧ ਸੀਟਾਂ ਲੈ ਕੇ ਗਈ ਹੈ ਮੱਧਿਆ ਪ੍ਰਦੇਸ਼ 'ਚ ਵੀ। ਤਾਂ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਜਿਹੜਾ ਬਾਰ ਬਾਰ ਉੱਠਦਾ ਰਹੇਗਾ। ਜੁੜੇ ਹੋਏ ਤੁਸੀਂ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ।